ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਦੇ ਤਹਿਤ 11 ਜੀ ਮੜੀ ਤੋਂ ਸਨਮਾਨ ਦੇ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਾਉਣ ਦੇ ਕਾਰਨ ਗ੍ਰਿਫਤਾਰ ਕੀਤੇ ਗਏ ਸਿੰਘਾਂ ਦੀ ਜ਼ਮਾਨਤ ਹੋਣ ਦੇ ਕਾਰਨ ਸਿੱਖ ਪੰਥ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਾਮ ਨੂੰ ਜਿਵੇਂ ਹੀ ਜੇਲ੍ਹ ਦੇ ਮੁੱਖ ਗੇਟ ਤੋਂ ਬਾਹਰ ਭਾਈ ਬਾਬੂ ਸਿੰਘ ਮੋਰਜੰਡ, ਭਾਈ ਸ਼ਿਵਚਰਨ ਸਿੰਘ ਬੁਗਲਿਆਂਵਾਲੀ, ਗੁਰਜੀਤ ਸਿੰਘ ਮੋਰਜੰਡ, ਪਰਮਜੀਤ ਸਿੰਘ ਮੋਰਜੰਡ, ਬਲਕਰਨ ਸਿੰਘ ਬੁਗਲਿਆਂਵਾਲੀ, ਜਸਕਰਨ ਸਿੰਘ ਬੁਗਲਿਆਂਵਾਲੀ, ਗੁਰਮੇਲ ਸਿੰਘ, ਬਲਕਰਨ ਸਿੰਘ ਕਰਨੀ ਨੇ ਆਪਣੇ ਕਦਮ ਬਾਹਰ ਰੱਖੇ। ਜੇਲ੍ਹ ਦੇ ਬਾਹਰ ਖੜ੍ਹੀ ਸੰਗਤ ਨੇ ਜੈਕਾਰਿਆਂ ਦੇ ਨਾਲ ਆਕਾਸ਼ ਨੂੰ ਗੂੰਜਣ ਲਾ ਦਿੱਤਾ। ਜੋਸ਼ ਅਤੇ ਜਹੋ ਜਲਾਲ ਇੰਨਾ ਕਿ ਲੋਕ ਰੁਕ ਰੁਕ ਕੇ ਦੇਖ ਰਹੇ ਸਨ ਕਿ ਕੌਣ ਕੌਮੀ ਜਰਨੈਲ ਨੇ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਦੇ ਉੱਤੇ ਸਿਰ ਧੜਦੀ ਬਾਜ਼ੀ ਲਗਾ ਕੇ ਖਾਲਸਾਈ ਪਰੰਪਰਾ ਨੂੰ ਸੁਰਜੀਤ ਕੀਤਾ। ਜੇਲ੍ਹ ਦੇ ਗੇਟ ਤੋਂ ਨਿਕਲਿਆ ਇਹ ਕਾਫਲਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿੱਚ ਪਹੁੰਚਿਆ। ਕੌਮੀ ਮਰਜੀਬਣਿਆਂ ਦੇ ਗੁਰਦੁਆਰਾ ਸਾਹਿਬ ਪਹੁੰਚਣ ਤੇ ਮੌਜੂਦ ਸੈਂਕੜਾਂ ਦੀ ਤਾਦਾਦ ਵਿੱਚ ਖੜ੍ਹੀ ਸਿੱਖ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਪੂਰਾ ਹਾਈਵੇ ਹੀ ਗੁਲਾਬੀ ਕਰ ਦਿੱਤਾ। ਸਿੰਘਾਂ ਦੇ ਸਵਾਗਤ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਗੁਰਦੁਆਰਾ ਸਾਹਿਬ ਜੀ ਦੇ ਸੇਵਾਦਾਰਾਂ ਨੇ ਆਤਿਸ਼ਬਾਜ਼ੀ ਕੀਤੀ ਤਾਂ ਪੂਰਾ ਅਸਮਾਨ ਹੀ ਰੰਗ ਬਿਰੰਗੀਆਂ ਲਾਈਟਾਂ ਦੇ ਵਿੱਚ ਜਗਮਗ ਹੋ ਗਿਆ। ਸਿੱਖ ਜਥੇਬੰਦੀਆਂ ਦੁਆਰਾ ਸਿੰਘਾਂ ਨੂੰ ਸਰੂਪਾ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ।